ਦੋਸਤੋ ਡਾਇਲਮਾ ਸਾਰਿਆਂ ਨੂੰ ਇਸ ਗਾਣੇ ਦਾ ਇੰਤਜ਼ਾਰ ਆ ਅਤੇ ਜਿਸ ਐਲਬਮ ਦੇ ਵਿੱਚ ਇਹ ਗਾਣਾ ਆਉਣਾ ਆ ਉਸ ਐਲਬਮ ਦੀ ਲਿਸਨਿੰਗ ਪਾਰਟੀ ਰਾਤ ਹੋ ਚੁੱਕੀ ਆ ਜੋ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਸਟੈਫਲਨ ਡੋਨਾ ਅਤੇ ਐਂਕਰ ਆ ਦੋਸਤੋ ਇੰਟਰਵਿਊ ਵਗੈਰਾ ਵੀ ਹੋਇਆ ਬਾਕੀ ਫੁੱਲ ਇੰਟਰਵਿਊ ਤਾਂ ਸ਼ਾਇਦ ਬਾਅਦ ਦੇ ਵਿੱਚ ਰਿਲੀਜ਼ ਕੀਤਾ ਜਾਵੇ ਓਫਿਸ਼ਲੀ ਤਾਂ ਉੱਥੇ ਆਏ ਲੋਕਾਂ ਨੇ ਸਿੰਗਰਾਂ ਨੇ ਮਿਊਜ਼ਿਕ ਪ੍ਰੋਡਿਊਸਰਾਂ ਨੇ ਵੱਡੀ ਵੱਡੀ ਸ਼ਖਸੀਅਤਾਂ ਨੇ ਬਹੁਤ ਇੰਜੋਏ ਕੀਤਾ ਇਸ ਪਾਰਟੀ ਨੂੰ ਅਤੇ ਸਟੋਰੀਆਂ ਵੀ ਸਾਂਝੀਆਂ ਕੀਤੀਆਂ ਪਰ ਸਾਰੇ ਨੇ ਮਿਊਟ ਕਰਕੇ ਸਟੋਰੀਆਂ ਪਾਈਆਂ ਜੀ ਹਾਂ ਦੋਸਤੋ ਕਿਉਂਕਿ ਲਿਸਨਿੰਗ ਪਾਰਟੀ ਹਾਲੇ ਐਲਬਮ ਓਫਿਸ਼ਲੀ ਰਿਲੀਜ਼ ਨਹੀਂ ਹੋਈ ਆ ਜਦੋਂ ਰਿਲੀਜ਼ ਹੋਵੇਗੀ ਉਦੋਂ ਤੱਕ ਉਹ ਗਾਣਾ ਲੀਕ ਨਹੀਂ ਕਰ ਸਕਦੇ ਬਾਕੀ ਇੱਕ ਗੱਲ ਤਾਂ ਹੈ ਦੋਸਤੋ ਪੂਰੀ ਐਲਬਮ ਦੀ ਹਾਈਪ ਆ ਜਿਹੜੀ ਉਹ ਡਾਇਲਮਾ ਗਾਣੇ ਦੇ ਉੱਤੇ ਟਿਕੀ ਹੋਈ ਆ ਜਿਸ ਸਟੈਪ ਨੇ ਸਰੇਆਮ ਇੱਦਾਂ ਕਹਿਤਾ ਵੀ ਇਹ ਗਾਣਾ ਐਲਬਮ ਦੇ ਵਿੱਚ ਨਹੀਂ ਆਉਂਦਾ ਤਾਂ ਐਲਬਮ ਦੀ ਹਾਈਪ ਡਿੱਗ ਜਾਣੀ ਆ ਜੇ ਹਾਈਪ ਵਧਾਉਣ ਦੇ ਲਈ ਇੱਦਾਂ ਕਹਿਤਾ ਵੀ ਐਲਬਮ ਦੇ ਵਿੱਚ ਗਾਣਾ ਆ ਅਤੇ ਬਾਅਦ ਦੇ ਵਿੱਚ ਰਿਲੀਜ਼ ਨਾ ਹੋਇਆ ਐਲਬਮ 'ਚ ਤਾਂ ਸਿੱਧੂ ਮੂਸੇਵਾਲੇ ਦੇ ਫੈਨਸ ਨੇ ਨਾਰਾਜ਼ ਹੋ ਜਾਣਾ ਸੋ ਐਸੇ ਕਰਕੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ ਸਟੈਫ ਲੰਡਨ ਦੇ ਵੱਲੋਂ ਪਰ ਜਦੋਂ ਵੀ ਕੋਈ ਅਪਡੇਟ ਆਵੇਗੀ ਵੀਡੀਓ ਕਲਿੱਪ ਆਵੇਗੀ ਆਪਾਂ ਤੁਹਾਡੇ ਤੱਕ ਲੈ ਕੇ ਜ਼ਰੂਰ ਆਵਾਂਗੇ ਡਿਸਕ੍ਰਿਪਸ਼ਨ ਅਤੇ ਫਸਟ ਕਮੈਂਟ 'ਚ ਇਸ ਵੀਡੀਓ ਦਾ ਲਿੰਕ ਆ ਦੇਖਿਓ ਜ਼ਰੂਰ ਜਵੰਦਾ ਬਾਈ ਨੇ ਕੀ ਕਿਹਾ ਇਸ ਵਾਇਰਲ ਹੋ ਰਹੀ ਕੁੜੀ ਬਾਰੇ ਧੰਨਵਾਦ